ਐਮਾਜ਼ਨ ਪ੍ਰਾਈਮ ਵੀਡੀਓ ਤੇ ਵਿਖਾਈ ਜਾ ਰਹੀ ਵੈੱਬ ਸੀਰੀਜ਼ ਪਤਾ ਲੋਕ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਵੱਡੇ ਇਤਰਾਜ਼ ਉੱਠੇ ਹਨ। ਇਸ ਵੈੱਬ ਸੀਰੀਜ਼ ਦੇ ਇੱਕ ਸੀਨ ਵਿੱਚ ਇੱਕ ਅੰਮ੍ਰਿਤਧਾਰੀ ਵਿਖਾਏ ਸਿੱਖ ਕਰਦਾਰ ਵੱਲੋਂ ਇੱਕ ਔਰਤ ਦਾ ਬਲਾਤਕਾਰ ਕਰਦਿਆਂ ਵਿਖਾਇਆ ਗਿਆ ਹੈ। ਇਸ ਵੈੱਬ ਸੀਰੀਜ਼ ਦੇ ਤੀਜੇ ਐਪੀਸੋਡ ਵਿੱਚ ਇੱਕ ਸਿੱਖ ਵਿਖਾਇਆ ਕਰਦਾਰ ਇੱਕ ਔਰਤ ਨਾਲ ਬਲਾਤਕਾਰ ਕਰਦਾ ਹੈ, ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਇਸ ਵੈੱਬ ਸੀਰੀਜ਼ ਵਿੱਚ ਜਿਸ ਤਰੀਕੇ ਨਾਲ ਸਿੱਖਾਂ ਨੂੰ ਰੇਪਿਸਟ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਨੂੰ ਲੈ ਕੇ ਇਸ ਦੀ ਸਖ਼ਤ ਮੁਖਾਲਫਤ ਹੋਣ ਲੱਗੀ ਹੈ। ਇੰਨਾ ਹੀ ਨਹੀਂ, ਵੀਡੀਓ ਦੇ ਇਸ ਹਿੱਸੇ ਵਿੱਚ ਬੇਹੱਦ ਗੰਦੀਆਂ ਗਾਲਾਂ ਦੀ ਵਰਤੋਂ ਕੀਤੀ ਗਈ ਹੈ। ਅਸਲ ਵਿੱਚ ਇਹ ਪੂਰੇ ਪੰਜਾਬੀ ਸੱਭਿਆਚਾਰ ਨੂੰ ਵਿਗਾੜ ਕੇ ਪੇਸ਼ ਕਰਨ ਦੀ ਸਾਜ਼ਿਸ਼ ਹੈ। ਪੰਜਾਬੀ ਸਿੱਖ ਕਰਦਾਰ ਗੰਦੀਆਂ ਤੇ ਅਸ਼ਲੀਲ ਗਾਲਾਂ ਕੱਢਦੇ ਵਿਖਾਏ ਹਨ, ਜਿਸ ਤੋਂ ਬਾਅਦ ਇਸ ਨੂੰ ਲੈ ਕੇ ਇਸ ਵੈੱਬ ਸੀਰੀਜ਼ ਦੇ ਖਿਲਾਫ਼ ਵਿਰੋਧ ਦੀ ਆਵਾਜ਼ ਬੁਲੰਦ ਹੋਣ ਲੱਗੀ ਹੈ। ਸੰਗਰੂਰ ਵਿੱਚ ਬੀਜੇਪੀ ਵੱਲੋਂ ਇਸ ਵੈੱਬ ਸੀਰੀਜ਼ ਦੇ ਖਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ। ਬੀਜੇਪੀ ਆਗੂ ਇਸ ਦੇ ਖਿਲਾਫ਼ ਜ਼ਿਲ੍ਹਾ ਸੰਗਰੂਰ ਦੇ SSP ਦੇ ਕੋਲ ਇਹ ਮਾਮਲਾ ਲੈ ਕੇ ਪਹੁੰਚੇ ਅਤੇ SP ਸੰਗਰੂਰ ਨੇ ਉਹਨਾਂ ਨੂੰ ਮਾਮਲੇ ਨੂੰ ਸੁਣਿਆ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬੀਜੇਪੀ ਆਗੂ ਨੇ ਕਿਹਾ ਕਿ ਪਤਾਲ ਲੋਕ ਵੈੱਬ ਸੀਰੀਜ਼ 'ਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੇ ਕੁਝ ਅੰਸ਼ ਮੌਜੂਦ ਹਨ। ਸਿੱਖ ਧਰਮ ਅਤੇ ਸਿੱਖ ਭਾਈਚਾਰਾ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ, ਉੱਥੇ ਇਸ ਵੈੱਬ ਸੀਰੀਜ਼ ਵਿੱਚ ਇਹਨਾਂ ਭਾਵਨਾਵਾਂ ਨੂੰ ਭੜਕਾਇਆ ਗਿਆ ਹੈ, ਜਿਸ ਦੇ ਚੱਲਦਿਆਂ ਅਜੇ ਮੰਗ ਪੱਤਰ ਦੇ ਨਾਲ ਪੁਲਿਸ ਲਾਈਨ ਪਹੁੰਚੇ ਹਨ, ਜਿੱਥੇ ਉਹਨਾਂ ਨੇ ਵੈੱਬ ਸੀਰੀਜ਼ ਦੇ ਖਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਨ, ਇਸੇ ਦੇ ਚੱਲਦਿਆਂ ਉਹ ਇੱਥੇ ਮੰਗ ਪੱਤਰ ਦੇਣ ਆਏ ਹਨ। ਬੜਾ ਦੁਖਦਾਈ ਇੱਕ ਘਟਨਾ ਮਿਲਦਾ ਮੈਨੂੰ ਪਤਾ ਲੱਗਿਆ ਕਿ ਜੋ ਐਮਾਜ਼ੋਨ ਪ੍ਰਾਈਮ ਵੀਡੀਓਜ਼ ਹੈ, ਜੋ ਇੱਕ ਐਪਲੀਕੇਸ਼ਨ ਹੈ, ਉਹਦੇ 'ਤੇ ਇੱਕ ਵੈੱਬ ਸੀਰੀਜ਼ ਰਿਲੀਜ਼ ਹੋਈ ਹੈ ਪਤਾਲ ਲੋਕ ਨਾਮਕ। ਉਹਦੇ ਵਿੱਚ ਜੋ ਜੱਟ ਸਿੱਖ ਭਾਈਚਾਰਾ ਹੈ, ਜੋ ਪੰਜਾਬ ਦੇ ਵਿੱਚ ਬਹੁਤ ਤਾਦਾਦ ਹੈ ਉਹਨਾਂ ਦੀ, ਅਤੇ ਉਹ ਕਿਸਾਨੀ ਨਾਲ ਮੁੱਖ ਤੌਰ 'ਤੇ ਜੁੜੇ ਹੋਏ ਹੈ ਅਤੇ ਲੋਕਾਂ ਨੂੰ ਢਿੱਡ ਭਰਨ ਲਈ ਅਨਾਜ ਪੈਦਾ ਕਰਦੇ ਹੈ, ਉਹਨਾਂ ਨੂੰ ਬੜਾ ਗਲਤ ਛਵੀ ਉਹਨਾਂ ਦੀ ਪੇਸ਼ ਕੀਤੀ ਗਈ ਹੈ, ਜਿਹਦੇ ਵਿੱਚ ਉਹਨਾਂ ਨੂੰ ਬਲਾਤਕਾਰੀ ਦਿਖਾਇਆ ਗਿਆ, ਉਹਨਾਂ ਨੂੰ ਡਿਸਕ੍ਰਿਮੀਨੇਸ਼ਨ, ਮਤਲਬ ਜਿਹੜੀਆਂ ਛੋਟੀਆਂ ਜਾਤਾਂ ਨੇ ਉਹਨਾਂ ਨੂੰ ਦਬਾਉਣ ਵਾਲਾ ਦਿਖਾਇਆ ਗਿਆ, ਅਤੇ ਬਹੁਤ ਭੱਦੀ ਸ਼ਬਦਾਵਲੀ ਵੀ ਉਹਨਾਂ ਬਾਰੇ ਵਰਤੀ ਗਈ ਹੈ। ਸਾਨੂੰ ਇਹ 'ਤੇ ਬੜਾ ਸਖ਼ਤ ਇਤਰਾਜ਼ ਹੈ, ਅਤੇ ਜੋ ਐਮਾਜ਼ੋਨ ਸਟੂਡੀਓਜ਼ ਨੇ ਇਹ ਬਣਾਈ ਹੈ ਵੈੱਬ ਸੀਰੀਜ਼, ਉਹਨਾਂ ਦੇ ਖਿਲਾਫ਼ ਅੱਜ ਅਸੀਂ ਇੱਥੇ ਪਰਚਾ ਦਰਜ ਕਰਨ ਵਾਸਤੇ SSP ਸਾਹਿਬ ਨੂੰ ਮਿਲਣ ਆਏ ਸੀ। SP ਸਾਹਿਬ ਨੂੰ ਅਰਜ਼ੀ ਦਿੱਤੀ ਹੈ ਅਤੇ ਉਹਨਾਂ ਨੇ ਅੱਗੇ ਮਾਰਕ ਕਰ ਦਿੱਤੀ ਹੈ, ਅਤੇ ਸਾਨੂੰ ਉਮੀਦ ਹੈ ਕਿ ਜਲਦੀ ਇਨਕੁਆਇਰੀ ਕਰਕੇ ਇਸ ਵੈੱਬ ਸੀਰੀਜ਼ ਨੂੰ ਬੰਦ ਵੀ ਕਰਵਾਇਆ, ਬੈਨ ਕਰਵਾਇਆ ਜਾਊਗਾ, ਅਤੇ ਜੋ ਬਣਦੀ ਕਾਰਵਾਈ ਹੈ, ਜੋ ਭਾਵਨਾਵਾਂ ਭੜਕਾਈਆਂ ਗਈਆਂ ਨੇ ਸਾਡੀ ਕਮਿਊਨਿਟੀ ਦੀਆਂ, ਅਤੇ ਉਹਦੇ 'ਤੇ ਖਿਲਾਫ਼ ਬਣਦੀ ਕਾਰਵਾਈ ਵੀ ਹੋਏਗੀ। ਐਮਾਜ਼ਨ ਪ੍ਰਾਈਮ 'ਤੇ ਜੋ ਵੀਡੀਓ ਵੈੱਬ ਸੀਰੀਜ਼ ਚੱਲ ਰਹੀ ਹੈ, ਜਿਸ ਦੇ ਵਿੱਚ ਜੱਟ ਸਿੱਖ ਭਾਈਚਾਰੇ ਪ੍ਰਤੀ ਮੰਦੀ ਸ਼ਬਦਾਵਲੀ ਵਰਤੀ ਗਈ ਹੈ, ਮੈਂ ਜਦੋਂ ਮੇਰੇ ਕੋਲ ਲਿੰਕ ਆਇਆ ਤਾਂ ਮੈਂ 2 ਮਿੰਟ ਦੀ ਵੀਡੀਓ ਦੇਖ ਨਹੀਂ ਸਕਿਆ। ਇੰਨੇ ਗੰਦੇ ਸ਼ਬਦ ਬੋਲੇ ਗਏ ਨੇ, ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਗਈਆਂ ਨੇ, ਤਾਂ ਮੈਨੂੰ ਬਹੁਤ ਦੁੱਖ ਹੋਇਆ। ਅਤੇ ਸਾਡੇ ਜ਼ਿਲ੍ਹਾ ਪ੍ਰਧਾਨ ਰਣਦੀਪ ਦਿਓਲ ਜੀ, ਉਹਨਾਂ ਦੇ ਨਾਲ ਅਸੀਂ ਅੱਜ ਇੱਥੇ SSP ਸਾਹਿਬ ਨੂੰ ਰਿਪ੍ਰਜੈਂਟੇਸ਼ਨ ਦੇਣ ਆਏ ਸੀਗੇ, ਇਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਵੀ ਹੋਣੀ ਚਾਹੀਦੀ ਹੈ, ਵੈੱਬ ਸੀਰੀਜ਼ ਬੈਨ ਹੋਣੀ ਚਾਹੀਦੀ ਹੈ, ਅਤੇ ਭਾਰਤ ਸਰਕਾਰ ਨੂੰ ਅਸੀਂ ਸੂਚਨਾ ਪ੍ਰਸਾਰਣ ਮੰਤਰਾਲੇ ਨੂੰ ਲਿਖਾਂਗੇ ਕਿ ਇਹ ਮਤਲਬ ਥੋੜ੍ਹੇ ਵੀ ਇਹਨਾਂ ਵੈੱਬ ਸੀਰੀਜ਼ ਦੇ ਉੱਤੇ ਕੋਈ ਸੈਂਸਰ ਨਾ ਹੋਵੇ, ਕੁਛ ਮਰਜ਼ੀ ਲਿਖੀ ਜਾਣ, ਕੁਛ ਮਰਜ਼ੀ ਵੀਡੀਓ ਪਾਈ ਜਾਣ। ਤਾਂ ਇਸ ਤਰ੍ਹਾਂ ਦੇ ਨਾਲ ਇੱਕ ਜਿਹੜਾ ਸਮਾਜਿਕ ਤਣਾਅ ਪੈਦਾ ਹੋਇਆ ਇਸ ਵੈੱਬ ਸੀਰੀਜ਼ ਦੇ ਨਾਲ, ਸਮਾਜ ਦੇ ਵਿੱਚ ਇੱਕ ਅਨਰੈਸਟ ਪੈਦਾ ਹੋਈ ਹੈ। ਤਾਂ ਅਸੀਂ ਡਿਮਾਂਡ ਕਰਦੇ ਹਾਂ ਕਿ ਵੈੱਬ ਸੀਰੀਜ਼ ਬਣਾਉਣ ਵਾਲਿਆਂ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਦਿਖਾਉਣ ਵਾਲਿਆਂ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ, ਅਤੇ ਅਸੀਂ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀ ਵੈੱਬ ਸੀਰੀਜ਼ ਜੱਟਾਂ ਦੇ ਖਿਲਾਫ਼ ਨਹੀਂ, ਕਿਸੇ ਵੀ ਭਾਈਚਾਰੇ, ਕਿਸੇ ਵੀ ਕਮਿਊਨਿਟੀ ਦੇ ਖਿਲਾਫ਼ ਕੋਈ ਇਸ ਤਰ੍ਹਾਂ ਦਾ ਕੰਮ ਨਾ ਕਰੇ। ਇਸ ਤਰ੍ਹਾਂ ਦੀ ਅਸੀਂ ਡਿਮਾਂਡ ਭਾਰਤ ਸਰਕਾਰ ਕੋਲ ਕਰਾਂਗੇ ਅਤੇ ਪੰਜਾਬ ਪੁਲਿਸ ਕੋਲ ਡਿਮਾਂਡ ਕਰਦੇ ਹਾਂ ਕਿ ਤੁਰੰਤ ਪਰਚਾ ਦਰਜ ਕਰਕੇ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉੱਥੇ ਹੀ ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਕਿ ਜੋ ਮੰਗ ਪੱਤਰ ਆਇਆ ਹੈ ਉਸ ਦੇ ਸੰਬੰਧ ਵਿੱਚ ਉਹਨਾਂ ਨੇ DSP D ਨੂੰ ਅੱਗੇ ਮਾਰਕ ਕਰ ਦਿੱਤਾ ਹੈ, ਪੂਰੀ ਤਫਤੀਸ਼ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਹਾਂਜੀ, ਮੈਨੂੰ ਸਰਦਾਰ ਰਣਦੀਪ ਸਿੰਘ ਨੇ ਇੱਕ ਦਿੱਤੀ ਹੈਗੀ ਹੈ ਕੰਪਲੇਂਟ, ਜਿਹੜੀ ਤੁਸੀਂ ਦੱਸ ਰਹੇ ਹੋ ਐਮਾਜ਼ੋਨ ਐਪ ਦੇ, ਉਹਦੇ ਸੰਬੰਧ ਵਿੱਚ ਮੈਂ DSP D ਸਾਡੇ ਨੇ ਉਹਨਾਂ ਨੂੰ ਵੀ ਮੈਂ ਮਾਰਕ ਕਰ ਦਿੱਤੀ ਆ, ਅਤੇ ਆਫਟਰ ਇਨਕੁਆਇਰੀ ਜੋ ਵੀ ਹੈ ਇਸ ਸੰਬੰਧ 'ਚ ਕਾਰਵਾਈ ਕੀਤੀ ਹੈ।
सिख जथेबंदियों ने इसकी सख्त शब्दों में निंदा की है। उन्हों का कहना है कि इस वैब सीरीज जरिए पूरी सिख कौम का किरदार जिस तरीके सिरजा जा रहा है वह इतराज योग है, किसी भी कीमत में बर्दाश्त योग नहीं है। यह पंजाबी सिखा की साख बिगाड़ के पेश करने वाला है। उस वेले जो सिख कौम पूरी दुनिया में मनुखता की सेवा में लगी है, महामारी के दौर अपनी सेवा भावना नाल जस कट रही है, तो उस दरम्यान विखाई जा रही इस वैब सीरीज विच सिख कौम की जिस घटिया तरीके नाल पर्दे ते पेशकारी की गई है उस नाल लोकां विच गलत सुनेहा जाएगा। उन्होंने इस वैब सीरीज विच काम करन वाले पंजाबी अदाकारां नूं भी लानतां पाईआं हन कि सिर्फ पैसों की खातर उन्होंने इस समाज विरोधी वैब सीरीज विच काम किया है। उन्हां दा कहना है कि पंजाबी अदाकार पूरे सिख समाज नूं पूरे पंजाब च गलत अक्ष बयान कर रहे हैं, लोगों में सिखां बारे गलत सुनेहा दिता जा रहा है जिसका गलत प्रभाव स्रोतों ते पवेगा। सिख न्यूज़ एक्सप्रेस लई संगरूर तो विक्की भुल्लर। साडे यूट्यूब चैनल नू सबसक्राइब करो।